तेरा घर आला सी उन्हें दूजा ब्याह कराया मेरे ना कोई इंसाप नहीं होया मैं सिर्फ अपने घर आले ना आई हां मेरे ना उन्होंने बुरा हाल किया मेरे बच्चे ने भी कपड़े पा रहे हैं मैनू बहुत ज्यादा दुखी है 10 साल तक तेरी नराना ने मेरा घर पटिया ठीक है जी मैं सिर्फ अपने आदमी ले आई मैं आदमी लेके जाना मैं पैलेस के बीच अंदर ब्याह दे कोई दंगा नहीं कर रही कोई कुछ नहीं कर रही जी ननान की जी छोटी कुड़ी है ना उन्हें इतने फोन किया मैं मेरा घर आला सी उन्हें दूजा ब्याह कराया ठीक है जी है मेरे ना कोई इंसाप नहीं होया मैं सिर्फ अपने घर आले ना आई हां मैं देनू उन्होंने मेनू अंदर कुट मार की पैलेस के मेरे ना उन्होंने बुरा हाल किया मेरे बच्चे के भी कपड़े पा रहे हैं मेनू चार तीन ननाना है सर मेरिया तीन ननाना मैं बहुत ज्यादा दुखी हूँ 10 साल तो मेरी ननाना ने मेरा घर पटिया ठीक है जी मैनू ब्याह ना कोई मतलब नहीं मैं ब्याह किसी का कोई खराब नहीं करती मैं सिर्फ अपने आदमी ले आई मैं आदमी लेके जाना था बस ਤੁਹਾਡਾ ਪਿੰਡ ਕਿਹੜਾ ਪਿੰਡ ਮੇਰਾ ਰੈਪਾ ਮੈਂ ਰੈਪੇ ਦੀ ਨੋਹ ਆ ਰੈਪੇ ਦੀ ਨੋਹ ਆ ਹਾਂਜੀ ਤੁਹਾਡਾ ਨਾਂ ਕੀ ਆ ਬਲਜੀਤ ਕੌਰ ਬਲਜੀਤ ਸਿੰਘ ਮੇਰੇ ਘਰ ਵਾਲੇ ਦਾ ਨਾਮ ਹੈ ਰੈਪੇ ਦੇ ਤੁਸੀਂ ਨੋਹ ਆ ਪਿੰਡ ਕਿਹੜਾ ਪਿੰਡ ਰੈਪਾ ਮੈਂ ਪਿੱਛੋਂ ਆਪਣੇ ਪਿੰਡ ਨੰਗਲ ਭਾਖੜੇ ਤੋਂ ਨੰਗਲ ਭਾਖੜੇ ਤੋਂ ਹਾਂਜੀ ਹੁਣ ਕੀ ਚੱਕਰ ਹੋਇਆ ਹੁਣ ਚੱਕਰ ਇਹ ਵੀ ਮੇਰਾ ਘਰ ਵਾਲੇ ਨੇ ਦੂਜਾ ਵਿਆਹ ਕਰਾ ਲਿਆ ਉਧਰ ਮੈਂ 10-7 ਸਾਲ ਦੀ ਉਹਨੂੰ ਲੱਜ ਰਹੀ ਹਾਂ ਲੱਜਦਾ ਨਹੀਂ ਸੀਗਾ ਘਰ ਵਾਲੇ ਦਾ ਨਾਂ ਕੀ ਹੈ ਦਲਜੀਤ ਸਿੰਘ ਗੋਤਮ ਮੈਂ ਬੜਾ ਲੜਕਾ ਮੈਂ ਬੜਾ ਲੜਕਾ ਕਿੱਥੇ ਬਾਹਰ ਕਿੱਥੇ ਰਹਿੰਦਾ ਉਹ ਬਾਹਰ ਕਲਕੱਤੇ ਰਹਿੰਦਾ ਕਲਕੱਤੇ ਵਿਆਹ ਕਰਾ ਕੇ ਆਇਆ ਭੈਣ ਨੇ ਆਪਣੇ ਕੋਲ ਕੁੜੀ ਰੱਖੀ ਹੋ ਆਹ ਕਿੰਨੇ ਭੈਣਾਂ ਨਾਲ ਆਈਆਂ ਮਾਂ ਦਾਦੀ ਵੀ ਆਈ ਆ ਵਿਆਹ ਦੀ ਫੋਟੋ ਆਈ ਉਹਦੀਆਂ ਮੈਂ ਬੜਾ ਬੜਾ ਮੈਂ ਬੜਾ ਮੁੰਡਾ ਇਹਨਾਂ ਨੇ ਮੈਨੂੰ ਜਲੂਸ ਕੱਢਿਆ ਵਾ ਮੇਰਾ ਨਾ ਕਿੰਨੇ ਨਾਲ ਹਮ ਤੁਸੀਂ ਹੁਣ ਕਿੱਥੇ ਖੜੇ ਆ ਮੈਂ ਇੱਥੇ ਪਹਿਲੇ ਤੇ ਮੋਰੇ ਖੜੀ ਆ ਜੀ ਖਟਕੜ ਕਲਾ ਠੀਕ ਹੈ ਮੈਂ ਪੈਲਸ ਦੇ ਵਿੱਚ ਅੰਦਰ ਵਿਆਹ ਦੇ ਕੋਈ ਦੰਗਾ ਨਹੀਂ ਕਰ ਰਹੀ ਕੋਈ ਕੁਝ ਨਹੀਂ ਕਰ ਰਹੀ ਜਿਹੜਾ ਮੈਂ ਆਪਣੇ ਆਦਮੀ ਨੂੰ ਗੱਡੀ ਦੇ ਵਿੱਚ ਗੱਡੀ ਦੇ ਕੋਲ ਖੜੀ ਉਹਨੂੰ ਲੈ ਕੇ ਜਾਣ ਲਈ ਬਸ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਇੱਥੇ ਆਏ ਆ ਹਾਂ ਆ ਮੁੰਡਾ ਇਹਦਾ ਛੋਟਾ ਆ ਮੁੰਡੇ ਦਾ ਤੁਹਾਨੂੰ ਕਿੱਦਾਂ ਪਤਾ ਲੱਗਾ ਮੈਂ ਮੰਨ ਗਿਆ ਮੈਂ ਮੰਨ ਗਿਆ ਸਾਡੇ ਤੇ ਨਹੀਂ ਮੰਨ ਗਿਆ ਕੋਣ ਹੈ ਕਿਹਨੂੰ ਬੁਲਾਇਆ ਨਹੀਂ ਨਹੀਂ ਤੁਹਾਨੂੰ ਇੱਥੇ ਇਨਫੋਰਮੇਸ਼ਨ ਮਿਲੀ ਆ ਕਿ ਤੁਹਾਡਾ ਆਦਮੀ ਜਿਹੜਾ ਆ ਜਿਹਦਾ 10 ਸਾਲ ਪਹਿਲਾਂ ਤੁਹਾਡੇ ਨਾਲ ਵਿਆਹ ਜਿਹੜੀ ਨਨਾਣ ਦੀ ਜਿਹੜੀ ਛੋਟੀ ਕੁੜੀ ਹੈ ਨਾ ਉਹਨੇ ਇੱਥੇ अपनी उत्थे रखी ननान दी छोटी कुड़ी निधि उहदे नाल मुंडे सी मुंडियां दे नाल संबंध सी उहनां मुंडियां ने मैनूं रैपे तों फोन कीता वी तेरा घर आला आ गया रे ब्याह दे विच ठीक है जी मेरा कोई कसूर नहीं गलती मेरी नहीं है सारा परिवार इकट्ठा है हां असि के अंदर कुटा सिर्फ बच्चे ना पे ना गल कर लिया सी तिन्ने भुआ ने कुटिया इनू नाले पे ने कुटिया एक मिनट थानू ब्याह दे विच सद्या सी सद्या नहीं सी मैं मामा इनू फोन कीता सी जिन्ना दे घर ब्याह सीगा जिन्ना दे घर ब्याह सीगा मामा नू मैं फोन कीता मैं कहा मामा जी भी तुसी नू ना बुलायो भी मैं उन्होंने फड़ना मामा जी कहते ठीक है तेरा मैटर है बेटे तेरा राइट बनता तू कर सकती जो करना उन्होंने कहने ही मैं आई कुलदीप सिंह जी की मामला होया ਕਿਹੜਾ ਬੰਦਾ ਮਤਲਬ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ 15-15 ਹਜ਼ਾਰ ਰੁਪਇਆ ਤਿੰਨਾਂ ਨੂੰ ਖਰਚਾ ਔਰ 2-2 ਲੱਖ ਦੇ ਮੋਟਰਸਾਈਕਲ ਲੈ ਕੇ ਦੇ ਸਕਦਾ ਮੈਂ ਇਦਾਂ ਦਾ ਕੰਮ ਮੈਨੂੰ ਮਿਲਿਆ ਸੀ ਸਰਕਾਰੀ ਕੰਮ ਉੱਥੋਂ ਮੈਂ ਪੈਸਾ ਜਿੰਨਾ ਕਮਾਇਆ 60-70 ਲੱਖ ਰੁਪਇਆ ਘਰ ਤੇ ਪਾਇਆ ਉਹ ਵੀ ਉਹਨਾਂ ਨੇ ਆਪਣੇ ਨਾਂ ਕਰਾ ਲਿਆ ਮੇਰੇ ਪੈਸਿਆਂ ਦੀ ਕਮਾਈ ਚੋਂ ਉਹਨੇ ਆਪਣੇ ਭਰਾ ਨੂੰ ਜਗ੍ਹਾ ਲੈ ਕੇ ਬਣਾਤੀ ਆਪਣੇ ਭਰਾ ਦੇ ਨਿਆਣੇ ਪੜਾਤੇ ਬਾਅਦ ਚ ਕੋਰਟ ਚ ਕੇਸ ਕਰਤਾ ਕਿ ਮੈਨੂੰ ਉਹਨਾਂ ਨੇ ਪੈਸੇ ਨਹੀਂ ਦਿੱਤੇ ਖਾਣ ਨੂੰ ਮੇਰੇ ਭਰਾ ਦਿੰਦੇ ਸੀ ਪੜਾਈ ਮੇਰੇ ਨਿਆਣੇ ਨੇ ਪੜਾਈ ਕਿਸੇ ਦੀ ਪੂਰੀ ਨਹੀਂ ਝੂਠੇ ਪੇਪਰ ਬਣਾਏ ਹੋਆ ਹਰ 15-20 ਦਿਨੀ ਪੈਸੇ ਪਾ ਦਿਓ ਅਸੀਂ ਸ਼ਿਮਲੇ ਜਾਣਾ ਇਹਦੇ ਪੇਪਰ ਬਣਾਉਣੇ ਹਿਮਾਚਲ ਦੇ ਪੇਪਰ ਸ਼ਿਮਲੇ 'ਚ ਬਣਦੇ ਆ ਕੋਈ ਉੱਥੇ ਨੰਬਰ ਲੈਣੇ ਹੁੰਦੇ ਤਾਂ ਹਰ 15-20 ਦਿਨੀ ਪੈਸੇ ਪਾ ਦਿਓ 15 ਹਜ਼ਾਰ ਰੁਪਈਆ ਅਸੀਂ ਸ਼ਿਮਲੇ ਜਾਣਾ ਸ਼ਿਮਲੇ ਘੁੰਮ ਫਿਰ ਕੇ ਆ ਜਾਣਾ ਅੱਜ ਨੇ ਉਹਨਾਂ ਨੇ 20 ਦਿਨਾਂ ਦੀ ਬਾਅਦ ਦੀ ਡੇਟ ਦਿੱਤੀ ਇੱਦਾਂ ਕਰਕੇ ਪੈਸਾ ਮਤਲਬ ਮੈਂ ਆਪਣੀਆਂ ਭੈਣਾਂ ਤੋਂ ਵੀ 3-4 ਲੱਖ ਰੁਪਈਆ ਦੇ ਕੇ ਉਹਨਾਂ ਤੋਂ ਵੀ ਮੰਗ ਕੇ ਮਤਲਬ ਇੰਟਰਸਟ ਲੈ ਕੇ ਇਹਨਾਂ ਨੂੰ ਦਿੱਤਾ ਇਹਨਾਂ ਨੇ ਹੱਲੇ ਤਾਈਂ ਕਿਸੇ ਦਾ ਪੈਸਾ ਨਹੀਂ ਮੋੜਿਆ ਹੈਗਾ ਨਾ ਜੀ ਨਾ ਕੋਰਟ ਵਾਲੇ ਉੱਥੇ ਉਹਨਾਂ ਨੇ ਅੰਦਰ ਜਿਹੜੇ ਰਜਾਮੰਦ ਕਰਾਉਂਦੇ ਉਹਨਾਂ ਨੇ ਕਹਿ ਦਿੱਤਾ ਸੀ ਵੀ ਇਹ ਜਨਾਨੀ ਠੀਕ ਨਹੀਂ ਹੈ
दूजी गल यह है कि वो फड़ी गई थी जी नंगी होकर किसी ने, फिर किहड़ा बंदा जाया करो, बंदा बोला बाहर किन्ना भी कर ले जो मर्जी कर, जनानी एक बार फड़ी जाए तो फिर किदा, उहदी सकी भैन ने दस्सिया सी सानू, सानू तो पता ही नहीं, मैं तो बाहर रहिंदा सी, उहदी सकी भैन ने दस्सिया जी वी इह किसे ग्यानी सरदार दे नाल नंगी फड़ी गई है और इहदे ते केस चलदा पिया जी पंचायत च, होई सी गल्लबात।